10-10 ਕਿਲੋਮੀਟਰ ਤੱਕ ਪਿੰਡਾਂ ਤੱਕ ਨਾਕੇ ਲਾਏ ਹੋਇਆ ਵੀ ਸਾਡੀ ਜਨਤਾ ਉੱਥੇ ਤੱਕ ਪਹੁੰਚ ਨਾ ਸਕੀ। ਪਹਿਲੀ ਗੱਲ ਵੀ ਭਗਵੰਤ ਮਾਨ ਦਾ ਅੱਜ ਜਿਹੜੇ ਚਿਹਰੇ ਤੇ ਉਹ ਨਕਾਬ ਸੀ ਉਹ ਅੱਜ ਬਿਲਕੁਲ ਨੰਗਾ ਹੋ ਜਾਣਾ ਲੈ ਜਾਣਾ ਵਾ। ਸਰਕਾਰਾਂ ਨੂੰ ਗਾਲਾਂ ਕੱਢਦਾ ਰਿਹਾ ਵੀ ਇਹ ਲੋਕਾਂ ਨਾਲ ਠੀਕ ਨਹੀਂ ਚੱਲਦੇਗੇ ਲੋਕਾਂ ਨੂੰ ਧੱਕਾ ਕਰਦੇ ਆ। ਅੱਜ ਇਹਦੀ ਪੁਲਿਸ ਫੋਰਸ ਜਿਹੜੀ ਆ 10-10 ਕਿਲੋਮੀਟਰ ਤੱਕ ਲਾਈ ਬੈਠੀ ਆ ਤੇ ਪੂਰਾ ਜ਼ੋਰ ਲੱਗਾ ਹੋਇਆ ਇਹਨਾਂ ਦਾ ਧਰਨਾ ਚ ਕਾਉਣ ਤੇ। ਉੱਥੇ ਵੀ ਧੱਕੇ ਨਾਲ ਗੱਡੀਆਂ ਅੰਦਰਵਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਅਸੀਂ ਭਗਵੰਤ ਮਾਨ ਨੂੰ ਇੱਕ ਸਾਫ਼ ਕਰ ਦੇਣਾ ਚਾਹੁੰਦੇ ਆ ਗੱਲ। ਭਗਵੰਤ ਮਾਨ ਸੋਚ ਲਵੇ ਵੀ ਕਿੰਨਾ ਚਿਰ ਤੂੰ ਪੁਲਿਸ ਫੋਰਸ ਦੀ ਤਾਕਤ ਨਾਲ ਚਲਾਵੇਂਗਾ। 2 ਦਿਨ, 4 ਦਿਨ, 10 ਦਿਨ, ਮਹੀਨਾ, ਕਿੰਨਾ ਚਿਰ ਫੈਕਟਰੀ ਚਲਾਵੇਂਗਾ ਪੁਲਿਸ ਫੋਰਸ ਦੀ ਤਾਕਤ ਨਾਲ। ਜੇ ਇਸੇ ਤਰ੍ਹਾਂ ਨੇ ਵਧਣਾ ਚਾਹਣਾ ਤੂੰ ਫਿਰ ਇਸੇ ਰਾਹ ਤੇ ਆ ਜਾ ਅਸੀਂ ਵੀ ਤਿਆਰ ਆ ਕੋਈ ਗੱਡੇ ਰੌਲਾ ਨਹੀਂਗਾ। ਦੂਸਰੀ ਗੱਲ ਪਾਣੀ ਬਚਾਉਣ ਦਾ ਨਾਅਰਾ ਪੰਜਾਬ ਵਾਲਿਆਂ ਨੂੰ ਅਸੀਂ ਦਿੱਤਾ ਸੀ। ਪਾਣੀ ਬਚਾਉਣ ਦਾ ਨਾਅਰਾ ਵੀ ਤੂੰ ਦਿੱਤਾ ਸੀ। ਤੇ ਹੁਣ ਆਪਦੇ ਦਿੱਲੀ ਵਾਲੇ ਆਕਾ ਦੇ ਥੱਲੇ ਲੱਗ ਕੇ ਤੂੰ ਸਾਰਾ ਕੁਝ ਭੁੱਲ ਕੇ ਤੇ ਜਿਹੜੇ ਬੰਦੇ ਤੇਰੀ ਡਿਊਟੀ ਕਰ ਰਹੇ ਆ ਤੂੰ ਉਹਨਾਂ ਦੇ ਉਲਟਾ ਜੋ ਫੌਜ ਚੜ ਰਿਆਂ ਵਾ ਜਿਹੜਾ ਤੁਸੀਂ ਇਹ ਤੇਰੀ ਅਫਸਰਸ਼ਾਹੀ ਇਹ ਭਲ ਭਾਲੀ ਬੈਠੀ ਆ ਵੀ ਅਸੀਂ ਇਹਨਾਂ ਨੂੰ ਕਿਸਾਨਾਂ ਦੀ ਬਾਹ ਮੋੜ ਕੇ ਆ ਗੱਲਾਂ ਮਣਾ ਕੇ ਤੇਰੇ ਟੇਬਲ ਤੱਕ ਲੈ ਆਵਾਂਗੇ ਬਿਲਕੁਲ ਤੇਰਾ ਭਰਮਾ ਬੈਠੇ ਆ ਸਾਡਾ ਉੱਥੇ 100 ਬੈਠਾ ਸਾਡਾ 150 ਬੈਠਾ ਖੁੱਲੀਆਂ ਛੁੱਟੀਆਂ ਵਾ लाठी मार ਲਾ ਗੋਲੀ ਚਲਾ ਲਾ ਜੋ ਤੇਰਾ ਜੀ ਕਰਦਾ ਕਰ ਲਾ ਪਰ ਜੇ ਤੂੰ ੱੱਕੇ ਨਾ ਕਵੇਂ ਦਰੋਬ ਨਾ ਕਵੇਂ ਵੀ ਇਥੋਂ ਅਸੀਂ ਧਰਨਾ ਚੁਕਾ ਦੇਾਂਗੇ ਪੁਲਿਸ ਫੋਰਸ ਦੇ ਜ਼ੋਰ ਨਾਲ ਚੁਕਾ ਦੇਾਂਗੇ ਫੇਰ ਇਹ ਤੇ ਵਹਿਮ ਆ ਅੱਜ ਵਹਿਮ ਕੱਢ ਲ ਰਹੀ ਗੱਲ ਸਾਡੇ ਇਲਾਕੇ ਦੇ ਲੋਕਾਂ ਦੀ ਭਰਾਓ ਤੁਹਾਨੂੰ ਇੱਕ ਆ ਜਿਹੜੇ ਵੀਰ ਕੋਸ਼ਿਸ਼ ਕਰ ਰਹੇ ਆ ਮੋਰਚੇ ਤੇ ਪਹੁੰਚਣ ਦੀ ਉਹਨਾਂ ਦੇ ਧੰਨਵਾਦੀ ਆ ਪਰ ਜਿਹੜੇ ਬੇਗੈਰਤ ਲੋਕ ਘਰਾਂ 'ਚ ਬੈਠੇ ਆ ਸਿਰਫ ਤਮਾਸ਼ਾ ਵੇਖ ਰਹੇ ਆ ਫੋਨਾਂ 'ਤੇ ਵੀ ਕੀ ਹੋ ਰਿਹਾ ਵਾ ਜਿਹੜੇ ਉਹ ਮਰੀ ਜਮੀਰ ਵਾਲੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਕੁਝ ਵੀ ਤੁਹਾਡੇ ਡਰਨੇ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਦਾ ਗਰਕ ਕਰ ਦੇਣਾ ਵਾ ਨਾਸ ਮਾਰ ਦੇਣਾ ਵਾ ਸੋ ਉਹਨਾਂ ਬੁਜਦਲ ਲੋਕਾਂ ਨੂੰ ਮੈਂ ਕਹਿੰਦਾ ਸ਼ਰਮ ਕਰੋ ਬਦਾਵਾ ਦੇ ਕੇ ਨਾ ਭਜੋ ਤੇ ਛੇਤੀ ਤੋਂ ਛੇਤੀ ਮੋਰਚੇ ਤੇ ਪਹੁੰਚੋ ਧੰਨਵਾਦ